इस थान ते व्याह तो पहला लाड़ी हो जाती है अगवा। इस खबर नु सुन के वड्डे वड्डे हो जाते ने हैरान परेशान। तुसी भी जानो आखिरकार क्यों हो जाती है व्याह तो पहला लाड़ी अगवा। ਸਤਿਕਾਲ ਦੀ ਟੀਵੀ ਨਰਾਈ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ। ਇੱਕ ਬੇਹੱਦ ਵੱਡੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ। ਦੱਸਦੀ ਹੈ ਕਿ ਇੱਕ ਅਜਿਹਾ ਮਾਮਲਾ ਜਾਂ ਫਿਰ ਇੱਕ ਅਜਿਹੀ ਖਬਰ ਹੈ ਜਿਹੜੀ ਹੋਸ਼ ਉਡਾ ਦੇਣ ਵਾਲੀ ਹੈ, ਕਿਉਂਕਿ ਅਜੀਬੋ ਗਰੀਬ ਮਾਮਲਾ ਹੈ ਤੇ ਇੱਕ ਥਾਂ ਆ ਜਿਸ ਤੇ ਕਿ ਜਿੱਥੇ ਜਿਹੜੀ ਲਾੜੀ ਆ ਉਹ ਵਿਆਹ ਤੋਂ ਪਹਿਲਾਂ ਅਗਵਾ ਹੋ ਜਾਂਦੀ ਹੈ। ਹਾਲਾਂਕਿ ਇਹ ਖਬਰ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ ਜਾਂ ਅਜਿਹਾ ਕਿਉਂ ਹੁੰਦਾ ਹੈ। ਪਰ ਦੱਸੀ ਇਹ ਕਿ ਇੱਕ ਥਾਂ ਦੀ ਇਹ ਪਰੰਪਰਾ ਹੈ, ਯਾਨੀ ਕਿ ਇਟਲੀ ਦੀ ਇਹ ਪਰੰਪਰਾ ਹੈ। ਇਹ ਪਰੰਪਰਾ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਲਾੜੀ ਹੁੰਦੀ ਹੈ ਉਹ ਵਿਆਹ ਤੋਂ ਪਹਿਲਾਂ ਉਸ ਨੂੰ ਅਗਵਾ ਕੀਤਾ ਜਾਂਦਾ ਹੈ। ਇਹ ਪਰੰਪਰਾ ਉੱਥੇ ਸਾਰੇ ਲੋਕ ਮਨਾਉਂਦੇ ਨੇ, ਕਿਉਂਕਿ ਇੱਕ ਤਰੀਕੇ ਦੇ ਨਾਲ ਰਿਸ਼ਤੇਦਾਰਾਂ ਤੇ ਉਹ ਸਾਹਮਣੇ ਜਿਹੜੇ ਲਾੜੇ ਦੇ ਦੋਸਤ ਹੁੰਦੇ ਨੇ ਉਹ ਲੜਕੀ ਨੂੰ ਅਗਵਾ ਕਰ ਲੈਂਦੇ ਨੇ। ਅਗਵਾ ਵੀ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਜਿਵੇਂ ਅਸਲ ਦੇ ਵਿੱਚ ਕਿਡਨੈਪਿੰਗ ਹੋਈ ਹੋਵੇ। ਪਰ ਜਿਨ੍ਹਾਂ ਲੋਕਾਂ ਨੂੰ ਇਸ ਪਰੰਪਰਾ ਬਾਰੇ ਪਤਾ ਨਾ ਹੋਵੇ ਉਹ ਹੈਰਾਨ ਹੋ ਜਾਂਦੇ ਨੇ ਤੇ ਉਹ ਵੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੁੰਦੇ ਨੇ। ਪਰ ਇਸ ਪਰੰਪਰਾ ਦੇ ਵਿੱਚ ਹੁੰਦਾ ਹੈ ਕਿ ਉਹ ਲਾੜੀ ਨੂੰ ਬੰਦੂਕਾਂ ਦੀ ਨੋਕ ਤੇ ਲੈ ਕੇ ਜਾਂਦੇ ਨੇ, ਅਗਵਾ ਕਰਦੇ ਨੇ। ਅਸਲ ਦੇ ਵਿੱਚ ਉਹ ਸਾਰੇ ਹਥਿਆਰ ਨਕਲੀ ਹੁੰਦੇ ਨੇ। ਫਿਰ ਜਿਹੜੇ ਲਾੜੇ ਦੇ ਦੋਸਤ ਹੁੰਦੇ ਨੇ ਉਹ ਲਾੜੇ ਦੇ ਕੋਲੋਂ ਫਰੋਤੀ ਮੰਗਦੇ ਨੇ। ਫਰੋਤੀ ਦੇ ਵਿੱਚ ਕੁਝ ਵੀ ਚੀਜ਼ਾਂ ਦੀ ਡਿਮਾਂਡ ਹੁੰਦੀ ਹੈ, ਸ਼ਗਨ ਦੀ ਡਿਮਾਂਡ ਹੁੰਦੀ ਹੈ, ਯਾਰ ਦੋਸਤ ਇੱਕ ਦੂਸਰੇ ਤੋਂ ਜਾਣੀ ਕਿ ਵਿਆਹ ਦੀ ਵਧਾਈ ਕਹਿ ਸਕਦੇ ਆ ਮੰਗਦੇ ਨੇ। ਤਾਂ ਇਸ ਪਰੰਪਰਾ ਨੂੰ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਟਲੀ ਰੋਮ ਦੇ ਵਿੱਚ ਵਿਆਹ ਤੋਂ ਪਹਿਲਾਂ ਇਹ ਪਰੰਪਰਾ ਨਿਭਾਈ ਜਾਂਦੀ ਹੈ। ਪਰ ਦੱਸੀ ਹੈ ਕਿ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਆ, ਲੋਕ ਹੈਰਾਨ ਹੋ ਜਾਂਦੇ ਨੇ। ਪਰ ਇਹ ਪਰੰਪਰਾ ਜਿਹੜੀ ਆ ਉੱਥੇ ਮੰਨੀ ਜਾਂਦੀ ਆ ਤੇ ਜਿਹੜੀ ਲਾੜੀ ਆ ਉਹ ਵਿਆਹ ਤੋਂ ਪਹਿਲਾਂ ਅਗਵਾ ਕੀਤੀ ਜਾਂਦੀ ਹੈ। ਔਰ ਲਾੜੀ ਨੂੰ ਪਤਾ ਹੁੰਦਾ ਕਿ ਉਸਨੂੰ ਅਗਵਾ ਕੀਤਾ ਜਾਣਾ, ਤਾਂ ਇਸ ਕਰਕੇ ਉਹ ਚੁੱਪ ਚੁਪੀਤੇ ਇਹ ਰਸਮ ਨੂੰ ਨਿਭਾਉਂਦੀ ਹੈ। ਪਹਿਲਾਂ ਕਈ ਵਾਰ ਧੀਆਂ ਨੂੰ ਨਹੀਂ ਜਾਣਕਾਰੀ ਹੁੰਦੀ ਹੈ ਤਾਂ ਉਹ ਹੈਰਾਨ ਪਰੇਸ਼ਾਨ ਹੁੰਦੀਆਂ ਨੇ ਕੁੜੀਆਂ, ਪਰ ਇਹ ਪਰੰਪਰਾ ਵੀ ਜਿਹੜੀ ਆ ਬੇਹੱਦ ਮੰਨੀ ਜਾਂਦੀ ਹੈ। ਤਾਂ ਇਸ ਨੂੰ ਲੋਕ ਮੰਨਦੇ ਨੇ ਉੱਥੇ ਦੇ, ਤਾਂ ਵਿਆਹ ਦੇ ਵਿੱਚ ਕਾਫੀ ਜਿਹੜਾ ਵਾ ਉਹਨਾਂ ਦੇ ਵੱਲੋਂ ਇੰਜੋਏ ਕੀਤਾ ਜਾਂਦਾ, ਯਾਨੀ ਕਿ ਇਸ ਪਰੰਪਰਾ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਨਿਭਾਇਆ ਜਾਂਦਾ ਹੈ। ਹਾਲਾਂਕਿ ਕਿਸੇ ਨੂੰ ਠੇਸ ਨਾ ਪਹੁੰਚੇ ਜਾਂ ਇਹ ਜਾਣਕਾਰੀ ਜਿਹੜੀ ਆ ਕਿ ਬੇਹੱਦ ਜ਼ਰੂਰੀ ਹੈ, ਕਿਉਂਕਿ ਵੱਖ ਵੱਖ ਥਾਵਾਂ ਤੇ ਵੱਖ ਵੱਖ ਜਗ੍ਹਾਵਾਂ ਦੇ ਉੱਤੇ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਪਰੰਪਰਾਵਾਂ ਹੁੰਦੀਆਂ ਨੇ ਜਿਹੜੇ ਆਪਣੇ ਆਪਣੇ ਧਰਮ ਦੇ ਵਿੱਚ ਲੋਕ ਮੰਨਦੇ ਨੇ। ਪਰ ਇਟਲੀ ਤੇ ਰੋਮ ਦੇ ਵਿੱਚ ਇਹ ਵੱਖ ਤਰੀਕੇ ਦੀ ਪਰੰਪਰਾ ਜਿਹੜੀ ਆ ਨਿਭਾਈ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਲਾੜੀ ਅਗਵਾ ਕੀਤੀ ਜਾਂਦੀ ਹੈ। ਇਹ ਖਾਸ ਜਾਣਕਾਰੀ ਜਿਹੜੀ ਆ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਆ, ਕਿਉਂਕਿ ਦੱਸਦੀ ਹੈ ਕਿ ਬਹੁਤ ਸਾਰੀਆਂ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਨੇ ਬਹੁਤ ਥਾਵਾਂ ਤੇ, ਵੱਖ ਵੱਖ ਤਰੀਕੇ ਦੇ ਆਪਣੇ ਆਪਣੇ ਸਾਰਿਆਂ ਦੇ ਨਿਯਮ ਰੂਲ ਜਿਹੜੇ ਹੁੰਦੇ ਨੇ। ਪਰ ਕਿਤੇ ਨਾ ਕਿਤੇ ਕਈ ਵਾਰ ਅਜਿਹੀਆਂ ਖਬਰਾਂ ਨੂੰ ਸੁਣ ਕੇ ਜਾਂ ਜਾਣਕਾਰੀ ਸੁਣ ਕੇ ਲੋਕ ਹੈਰਾਨ ਪਰੇਸ਼ਾਨ ਹੁੰਦੇ ਨੇ। ਪਰ ਇਹ ਇੱਕ ਵੱਖ ਤਰੀਕੇ ਦੀ ਪਰੰਪਰਾ ਆ ਜਿੱਥੇ ਇੱਕ ਲਾੜੀ ਜਿਹੜੀ ਆ ਵਿਆਹ ਤੋਂ ਪਹਿਲਾਂ ਅਗਵਾ ਕੀਤੀ ਜਾਂਦੀ ਹੈ। ਅਗਵਾ ਕਰਨ ਤੋਂ ਬਾਅਦ ਫਿਰ ਉਸਦੇ ਜਿਹੜੇ ਲਾੜੇ ਦੇ ਦੋਸਤ ਹੁੰਦੇ ਨੇ ਸ਼ਗਨ ਦੇ ਤੌਰ ਤੇ, ਯਾਨੀ ਕਿ ਫਰੋਤੀ ਦੇ ਤੌਰ ਤੇ ਕੁਝ ਵੀ ਮੰਗ ਲਾੜੇ ਤੋਂ ਕਰਦੇ ਨੇ। ਤਾਂ ਲਾੜਾ ਜੋ ਹੈ ਆਪਣੀ ਲਾੜੀ ਨੂੰ ਵਾਪਸ ਲਿਆਉਣ ਦੇ ਲਈ ਫਿਰ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਕਰਦਾ ਹੈ। ਇੱਕ ਵੱਖ ਤਰੀਕੇ ਦੀ ਇੱਕ ਪਰੰਪਰਾ ਹੈ ਜੋ ਇਟਲੀ ਤੇ ਰੋਮ ਦੇ ਵਿੱਚ ਨਿਭਾਈ ਜਾਂਦੀ ਹੈ। ਤੇ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਵੀ ਹੈ ਤਾਂ ਕਿ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚੇ, ਜਿਸ ਵਿੱਚ ਲੋਕ ਵੀ ਇਹ ਅਹਿਮ ਜਾਣਕਾਰੀ ਨੂੰ ਹਾਸਲ ਕਰ ਸਕਣ।